सारे प्यार देने सारे का बहुत बहुत थैंक्स। अज असी अपना व्लॉग शूट करने के लिए पहुंचे हुए हैं पिंड कायनौर, तो जिथे कि मेरे जिहड़े कॉलेज के मित्र भरा सारा कुछ वो इत्थे ने। रजत जी कैसे हो? बड़ी बढ़िया ठीक है। बड़े ढिले ढिले हो, क्या गल फॉर्म चो अपनी कॉलेज वाली? ओ दौर लंघ गया। ओ क्यों दौर किथे लंघ गया? जवानी थोड़ी गई है। नहीं ओ दौर लंघ गया, ओ दौर खत्म हो गया। ਹੁਣ ਤਾਂ ਬਸ ਬੰਦੇ ਬਸ ਵਕਤ ਹੰਡਦਾ ਇਹ ਤਾਂ। ਵਕਤ ਕਿਉਂ ਹੰਡਦਾ? ਹੱਦ ਦੀ ਗੱਲ ਹੈ, ਕਰੰਟ ਉਵੇਂ ਹੀ ਹੋਣਾ ਚਾਹੀਦਾ। ਨਹੀਂ ਉਹ ਦੌਰ ਉਹ ਸੀ ਵਧੀਆ ਜਿਹੜਾ, ਹੁਣ ਕੰਮਾਂ ਕਾਰਾਂ ਦੇ ਵਿੱਚ ਪੈ ਗਿਆ ਬੰਦੇ। ਹੁਣ ਇੱਧਰ ਸਾਡਾ ਮਨਦੀਪ ਭਰਾ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡੇ ਪਰ ਤਾਂ ਹੈ ਉਹੀ ਦੌਰ? ਹਾਂਜੀ ਹਾਂ, ਆਪਣੇ ਪਰ ਤਾਂ ਫੁੱਲ ਕਰੰਟ ਪੂਰਾ ਪੂਰਾ ਕਰੰਟ ਹੀ ਪੂਰਾ। ਹੋਰ ਕਿਵੇਂ ਨਿਕਲ ਰਹੀ ਹੈ ਲਾਈਫ? ਬਹੁਤ ਵਧੀਆ ਲਾਈਫ ਚੱਲ ਰਹੀ ਹੈ, ਪਰਮਾਤਮਾ ਦੀ ਕਿਰਪਾ ਹੈ। ਦੇਖਦੇ ਹਾਂ ਟੀ ਵਲੌਗਸ। ਹਾਂਜੀ ਹਾਂਜੀ ਪੂਰੇ ਦੇਖੀਦੇ ਆ। ਤੇ ਹੁਣ ਆਪਾਂ ਵਲੌਗਾਂ ਤੋਂ ਬਾਅਦ ਫਿਰ ਗਾਣੇ ਵੀ ਪਾਉਣੇ ਆਪਾਂ। ਹਾਂ ਗਾਣੇ ਜਿਹੜੇ ਘੈਂਟ ਘੈਂਟ ਉਹ ਵੀ ਪਾਉਣੇ ਆ। ਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਅੱਜ ਅਸੀਂ ਜਿਹੜਾ ਵਲੌਗ ਹੈਗਾ ਖਾਸ ਇਹਦੇ ਵਿੱਚ ਇਹ ਹੋਊਗਾ, ਕਿਉਂਕਿ ਅੱਜ ਅਸੀਂ ਨਾ ਚੈਨਲ ਸਤਰੰਗ ਵਾਸਤੇ ਇੱਕ ਨਵਾਂ ਸ਼ੋਅ ਸ਼ੁਰੂ ਕਰਨ ਲੱਗੇ ਹਾਂ ਨਾ। ਸੋ ਉਮੀਦ ਕਰਦੇ ਹਾਂ ਕਿ ਸ਼ੋਅ ਤਾਂ ਨਹੀਂ ਖੈਰ ਦੱਸਦੇ, ਨਾ ਉਹਦਾ ਨਾਮ ਦੱਸਾਂਗੇ, ਕੁਛ ਵੀ ਰਿਵੀਲ ਨਹੀਂ ਕਰਦੇ, ਪਰ ਸਾਨੂੰ ਉਮੀਦ ਹੈ ਕਿ ਤੁਸੀਂ ਪਸੰਦ ਜ਼ਰੂਰ ਕਰੋਗੇ, ਕਿਉਂਕਿ ਵੱਖਰੀ ਚੀਜ਼ ਹੋਊਗੀ ਉਹ ਬਿਲਕੁਲ। ਜਿਹੜਾ ਕਨਸੈਪਟ ਦੱਸਿਆ ਵਧੀਆ ਲੱਗਿਆ ਕਿ ਨਾ? ਵਧੀਆ ਨਹੀਂ ਵਧੀਆ ਲੱਗਿਆ, ਯਾਨੀ ਕਿ ਲੋਕ ਦੇਖਣ ਦੇ ਚਾਹਵਨ ਰਹਿਣਗੇ, ਉਹਨੂੰ ਵੱਖਰੀ ਚੀਜ਼ ਹੋਊਗੀ, ਵੱਖਰੀ ਚੀਜ਼ ਹੋਊਗੀ ਬਿਲਕੁਲ, ਹੈ ਨਾ। ਤੁਹਾਨੂੰ ਕਿਵੇਂ ਦਾ ਲੱਗਿਆ? ਬਹੁਤ ਵਧੀਆ ਲੱਗਿਆ ਵੀਰੇ, ਵਲੌਗ ਸਿਰੇ ਦਾ ਵਲੌਗ ਹੋਊਗਾ ਇਹ। ਵਲੌਗ ਵੀ ਤੇ ਜਿਹੜਾ ਪ੍ਰੋਗਰਾਮ ਦੱਸਿਆ ਉਹ? ਹਾਂਜੀ ਬਹੁਤ ਵਧੀਆ ਪ੍ਰੋਗਰਾਮ ਆ ਗਿਆ। ਹੁਣ ਦੱਬ ਕੇ ਪੂਰੀ ਸਪੋਰਟ ਕਰਨੀ ਹੈ, ਹੈ ਨਾ। ਹੁਣ ਆਪਾਂ ਚੱਲਦੇ ਹਾਂ ਪਿੰਡ ਦੇ ਵਿੱਚ ਅਤੇ ਮਾਰਦੇ ਪਿੰਡ ਦੀ ਗੇੜੀ ਅਤੇ ਦੇਖਦੇ ਹਾਂ ਕਿ ਕੀ ਹੈਗਾ ਇੱਥੇ। ਲਓ ਜੀ ਰਜਤ ਮੈਨੂੰ ਬਿਠਾ ਕੇ ਇੱਥੇ ਆਪ ਦੁਕਾਨ 'ਚ ਜਾ ਕੇ ਕੰਮ ਕਰਨ ਲੱਗ ਗਿਆ, ਚੰਗਾ ਬੰਦਾ। ਅਤੇ ਚਲੋ ਹੁਣ ਆਪਾਂ ਦੁਕਾਨ 'ਚ ਚੱਲਦੇ ਹਾਂ ਪਹਿਲਾਂ ਉਹਦੇ ਕੋਲ। ਮਿਹਨਤੀ ਮੁੰਡਾ, ਕਮਾਈਆਂ ਚੱਲ ਰਹੀਆਂ। ਚਾਹ ਦਾ ਸਵਾਦ ਦੇ ਗਲਾਸ, ਕਾਫੀ ਚਿਰਾਂ ਬਾਅਦ ਕਾਇਨੌਰ ਦੀ ਚਾਹ। ਪਹੁੰਚ ਗਏ ਆਪਾਂ ਹੁਣ ਕਾਇਨੌਰ ਦੇ ਗੁਰਦੁਆਰਾ ਸਾਹਿਬ ਵਿੱਚ। ਅਤੇ ਮੰਨ ਰਿਹਾ ਰੁਮਾਲ, ਆ ਖੜੀ ਅੱਜ ਸਾਡੀ ਸਵਾਰੀ ਰਾਮ ਪਿਆਰੀ 12-28। ਯੈਸ, ਅਤੇ ਗੁਰਦੁਆਰਾ ਸਾਹਿਬ 'ਚ ਪਹਿਲਾਂ ਮੱਥਾ ਟੇਕ ਲਈਏ। ਨਹੀਂ ਨਹੀਂ ਚਾਹ ਨਹੀਂ, ਬੈਠੋ ਜੀ ਬੈਠੋ। ਬਾਬਾ ਜੀ ਉਹ ਠੀਕ ਠਾਕ ਹੋ ਜੀ? ਹਾਂਜੀ ਠੀਕ ਠਾਕ ਹੈ ਜੀ। ਬਾਬਾ ਜੀ ਜਿਵੇਂ ਗੁਰਦੁਆਰਾ ਸਾਹਿਬ ਇਹਦਾ ਥੋੜ੍ਹਾ ਜਿਹਾ ਦੱਸੋਗੇ ਕਿੰਨਾ ਚਿਰ ਤੋਂ ਤੁਸੀਂ ਉਰੇ? 2004 ਤੋਂ ਉਰੀ ਹੈ ਕਿਸੇ ਵਗਰ ਦੇ। ਤੁਹਾਡਾ ਵੈਸੇ ਪਿਛੋਕੜ ਪਿੰਡ ਕਿਹੜਾ ਜੀ? ਕਾਇਨੌਰੇ ਜੀ। ਕਾਇਨੌਰੇ ਹੈ ਅਤੇ 2004 ਤੋਂ ਗੁਰਦੁਆਰਾ ਸਾਹਿਬ ਜੀ ਗੁਰਦੁਆਰੇ ਦੀ ਉਸਾਰੀ ਹੋਈ ਹੈ। ਅੱਛਾ ਜੀ, ਗੁਰਦੁਆਰੇ ਪਹਿਲਾਂ ਤਾਂ ਪੁਰਾਣਾ ਗੁਰਦੁਆਰਾ ਤੋਂ ਢਾ ਕੇ ਨਵਾਂ ਬਣਾਇਆ ਜੀ। ਅੱਛਾ ਜੀ, ਅਤੇ ਗੁਰਦੁਆਰੇ ਦੇ ਥੋੜ੍ਹਾ ਜਿਹਾ ਇਤਿਹਾਸ ਬਾਰੇ ਦੱਸ ਦੂੰਗੇ, ਕਿਉਂਕਿ ਇਤਿਹਾਸਕ ਗੁਰਦੁਆਰਾ ਇਹ ਹੈ ਨਾ। ਇਤਿਹਾਸਿਕ ਗੁਰਦੁਆਰਾ ਜੀ। ਹਾਂਜੀ, ਇਹ ਉਰੇ ਬਾਬਾ ਜ਼ੋਰਾਵਰ ਸਿੰਘ, ਫਤਿਹ ਸਿੰਘ, ਮਾਤਾ ਬਿਜਲੀ ਕੌਰ 8 ਵੋਹ ਨੂੰ ਸ਼ਾਮ ਦੇ ਟਾਈਮ ਆਪਣੇ ਉਰੇ ਝਿੜੀ ਹੁੰਦੀ ਸੀ, ਸਰੋਵਰ ਸਾਹਿਬ ਉੱਥੇ ਆਏ, ਝਿੜੀ ਹੁਣ ਵੀ ਇੱਕ ਮੌਜੂਦ ਹੈ।
ਅਤੇ ਉਸ ਤੋਂ ਬਾਅਦ ਆਪਣਾ ਸੁਰਿੰਦਰ ਸਿੰਘ ਖਾਲਸਾ ਉਹਨੇ ਖੋਜ ਕਰੀ, ਉਹਨੇ ਸਾਨੂੰ ਦੱਸਿਆ ਵੀ ਬਾਬਾ ਜੀ ਆਏ ਆ ਵੀ ਮਾਤਾ ਜੀ। ਉਸ ਤੋਂ ਬਾਅਦ ਫਿਰ ਜਦੋਂ ਉਹਨੇ ਸਭਾ ਭਰਨ ਲੱਗ ਗਈ, ਸਭਾ ਭਰਦੀ ਗਿਆ ਹਰੇਕ ਅੱਠ ਪੁੱਲ ਖੰਡ ਪਾਠ ਆਰੰਭ ਹੁੰਦਾ ਅਤੇ ਨੌ ਨੂੰ ਆਪਣੇ ਕੋਲ ਦੇ ਵਿਛੜ ਕੇ ਫੇਰ ਹੀ ਚਲੇ ਜਾਂਦੇ। ਉਹਨੂੰ ਵੀ ਉਹਦੇ ਕਿਆ ਦਿੱਤਾ ਕਿ ਜਿਹੜੇ ਸਲੋਖਾ ਬਣਿਆ ਹੋਇਆ ਉਹ ਬਹੁਤ ਪੁਰਾਣੇ ਸਾਡੇ ਬਜ਼ੁਰਗਾਂ ਤੋਂ ਹੀ ਪਹਿਲਾਂ ਦਾ ਬਣਿਆ ਹੋਇਆ। ਉਰੀ ਦਾ ਕਿੱਥੇ ਦਾ? ਸਰਾਣੇ ਮੁਸਲਮਾਨ, ਅੱਛਾ ਜੀ, ਸਿੱਖ ਵੀ ਬਣ ਜਾਣਾ, ਨਿਹੰਗ ਬਣ ਜਾਣਾ, ਵਰਛਾ ਦੇ ਆਉਣਾ, ਅੱਛਾ, ਆਪਣੇ ਬੰਦਿਆਂ ਦੇ ਫੁੱਦੂ ਬਣਾ ਜਾਂਦਾ ਤਾ। ਉਹ ਕਹਿੰਦਾ ਫਤਿਹਾ ਉੱਧਰ ਮਿਲਿਆ ਮੈਨੂੰ, ਹੁਣ ਤੁਸੀਂ ਇੱਧਰ ਖੜੇ ਆ, ਲੋਕਾਂ ਨੇ ਉੱਧਰ ਨੂੰ ਭਾਜਣਾ, ਉਹ ਦੂਏ ਪਾਸੇ ਕੰਮ ਕਰ ਦੇਣਾ। ਅੱਛਾ, ਇਹ ਜਿਹਾ ਬੰਦਾ ਤਾ ਉਹ। ਉਹ ਸਹੀ ਸਲਾਮ ਤਾਂ ਆਪਣੀ ਘੋੜੀ ਵਿੱਚ ਪਾਕਿਸਤਾਨ ਹੀ ਚਲੇ, ਫਤਿਹ ਕਰਦਾ ਚਲੇ। ਰੋਪੜ ਵਾਲੇ ਸੇਖ ਬਹੁਤ ਤਕੜੇ ਮੰਡੇ ਤੇ ਅਸਲਾ ਬਹੁਤ ਤਾ ਇਹਨਾਂ ਕੋਲ, ਜੇ ਕਿਤੇ ਇਹ ਕਾਬੂ ਨਾ ਹੁੰਦੇ ਫਿਰ ਉਹਦੇ ਬਹੁਤ ਤਬਾਹੀ ਹੋਣੀ। ਕਹਿੰਦਾ ਸੇਖ ਜੀ ਹੁਣ ਇੱਥੇ ਦਾ ਖਿਆਲ ਛੱਡੋ, ਤੁਸੀਂ ਹੁਣ ਪਾਕਿਸਤਾਨ ਦੀ ਤਿਆਰੀ ਕਰੋ। ਕਹਿੰਦਾ ਹੈ ਚੰਗੇ ਟਾਈਮ ਭੇਜਦੇ ਪਾਕਿਸਤਾਨ ਇੱਥੇ। ਉਹ ਕਹਿੰਦਾ ਵੀ ਕੋਈ ਨਾ ਦੇਖ ਲੈਂਦੇ ਪਾਕਿਸਤਾਨ ਕਿੱਥੇ ਆ। ਕਹਿੰਦਾ ਘਰ ਤੱਕ ਜਾਇਆ ਉਹਦੇ ਫਿਰ ਦੱਸਦਾ ਵੀ ਕਿੱਥੇ ਆ ਪਾਕਿਸਤਾਨ। ਮੈਂ ਇੰਨੀ ਗੱਲ ਕਹਿ ਦਿਆ ਤੁਸੀਂ ਕਿਤੇ ਗੋਲੀ ਮਾਰੀ, ਉਹ ਮਾਰਤਾ ਘਰ ਨੂੰ ਘੇਰਾ ਪੈ ਗਿਆ। ਉਹ ਸਾਰੀ ਜਿਹੜੀ ਹੇਠ ਦਾ ਗੱਤ ਬਣਾਈ ਸਾਰੀ ਕਰੀ, ਪਤਾ ਇਹਨਾਂ ਨੂੰ ਹੈਗਾ ਤਾਂ ਖਾਧੀਆਂ ਖੁਰਾਕਾਂ ਕੰਮ ਆਉਂਦੀ। ਆਪਾਂ ਚੱਲੇ ਹਾਂ ਕਿੱਥੇ ਨੂੰ? ਇੰਦਰਾ ਹਾਈ ਸਕੂਲ। ਅੱਜ ਦਾ ਵਿਚਾਰ ਸੁਣੋ, ਲੜਾਈ ਮੁੱਕ ਜਾਂਦੀ ਹੈ ਪਰ ਬੋਲੇ ਹੋਏ ਸ਼ਬਦ ਕਦੇ ਨਹੀਂ ਮੁੱਕਦੇ। ਸਾਡੀ ਲਿਖਾਈ ਇੰਨੀ ਵਧੀਆ ਹੁੰਦੀ ਹੈ ਜਿਹੜੀ ਲਿਖਦੇ ਨਹੀਂ। ਰੱਬ ਦੇ ਰੇਡੀਓ ਆ ਕਿਹੜੇ, ਉਹਦੇ ਵਿੱਚ ਰੱਬ ਦੇ ਰੇਡੀਓ ਦੇ ਵਿੱਚ ਸੀਗੀ ਜਸੜ ਵਾਲੀ, ਉਹ ਨਾ ਸਰਦਾਰ ਮੁਹੰਮਦ। ਸਰਦਾਰ ਮੁਹੰਮਦ, ਹਾਂ ਸਰਦਾਰ ਮੁਹੰਮਦ ਰੱਬ ਦਾ ਰੇਡੀਓ। ਦੇਖੋ ਤਾਂ ਅੱਜ ਕੌਣ ਜਿੱਤਦਾ। ਅਮਰਿਕਾ ਜੀ ਇਹਦਾ ਕਿਆ ਨਾਮ ਕਿਹਾ ਤਾ ਇਹਦੇ ਗੇਮ ਦਾ? ਦੂਸਰ। ਵਧੀਆ ਰਹਿ ਗਏ ਨਾ ਆਪਾਂ ਗੱਡੀ ਉੱਥੇ ਖੜਾ ਕੇ ਇੱਧਰ ਨੂੰ ਆ ਕੇ, ਤੇਰੀ ਗੱਲ ਸਹੀ ਦੀ ਜਮਾਈ। ਆਈ ਗਏ ਗਲੀ ਚੋਂ ਸੀਨ ਲਿਆ ਸੀਗਾ ਪਤਾ ਨਹੀਂ ਕਿਹੜੀ ਫਿਲਮ 'ਚ। ਅੱਛਾ, ਇਹ ਮਤਲਬ ਕਿ ਤੁਹਾਡਾ ਫਿਲਮੀ ਪਿੰਡ ਹੈ ਇਹ? ਰੂਹਾਂ
ਬਸਰ ਬਿਲਕੁਲ ਬਿਲਕੁਲ ਚਾਲੇ ਪਾਣੇ ਚਾਹੀਦੇ ਹਨ ਪਿੰਡ ਦਾ ਗੇੜਾ ਹੁਣ ਕੱਢਿਆ ਰੋਟੀ ਰੋਟੀ ਖਿਲਾ ਦਿੱਤੀ ਰਜਤ ਨੇ ਅਤੇ ਹੁਣ ਆਪਾਂ ਫਿਰ ਢਿੱਡ ਆਫੜ ਵੀ ਦੂਰ ਹੈ ਅਤੇ ਹੁਣ ਚੱਲੀਏ ਫਿਰ ਚੱਲੀਏ ਹੁਣ ਜਾਣ ਦੀ ਭੁਲਾਈਏ ਬਿਲਕੁਲ ਅਤੇ ਹੁਣ ਬਸ ਸ਼ੂਟ ਕਰਦੇ ਹਾਂ ਪਲੈਨ ਫਿਰ ਆਪਾਂ ਆਉਂਦੇ ਹਾਂ ਅਤੇ ਫਿਰ ਕਰਦੇ ਹਾਂ ਕੀ ਕੰਮ ਅੱਜ ਦਾ ਤਾਂ ਜਿਵੇਂ ਛਾਪਾ ਹੀ ਮਾਰਿਆ ਪੁਲਿਸ ਵਾਲਾ ਛਾਪਾ ਨਾ ਉਹ ਵੀ ਮਾਰਿਆ ਦੁਕਾਨ ਤੋਂ ਚੱਕਿਆ ਸੀ ਲਿਆ ਕੇ ਦੁਕਾਨ 'ਤੇ ਬਿਠਾ ਦਾ ਦੇਖੇ ਫਿਰ ਦੁਬਾਰਾ ਤੂੰ A few moments later. So, ਲੋ ਜੀ ਅੱਜ ਤੁਹਾਨੂੰ ਪਹਿਲਾਂ ਕਰਵਾਈ ਅਸੀਂ ਕਾਇਲੋਰ ਦੀ ਸੈਰ ਅਤੇ ਹੁਣ ਆਪਣੇ ਦਫ਼ਤਰ ਪਹੁੰਚ ਚੁੱਕੇ ਹਾਂ ਅਤੇ ਦਿਨ ਖਤਮ ਹੋਣ ਵਾਲਾ ਅਤੇ ਅੱਜ ਸਾਡੇ ਅੱਜ ਕੋਇੰਸੀਡੈਂਸ ਇਹ ਹੋਇਆ ਕਿ ਪਹਿਲਾਂ ਮੈਂ ਜਾ ਗਿਆ ਹੈ ਕਾਇਲੋਰ ਮਰਿੰਡੇ ਦੇ ਕੋਲ ਪੈਂਦਾ ਜਿਹੜਾ ਅਤੇ ਹੁਣ ਮਰਿੰਡੇ ਤੋਂ ਮਿਲਣ ਵਾਸਤੇ ਸਾਡੇ ਭਰਾ ਆ ਗਏ ਸਾਡੇ ਆਫਿਸ ਦੇ ਵਿੱਚ ਸਪੈਸ਼ਲੀ ਅਤੇ ਹਨੀ ਵੀ ਰਾਤ ਇੱਧਰ ਸਟੈਲਿੰਗ ਇੱਧਰ ਮੈਂ ਕਨਫਿਊਜ਼ ਹੋਇਆ ਨਾ ਕਈ ਵਾਰ ਨਾਮ ਦੇ ਵਿੱਚ ਹੈ ਨਾ ਅਤੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿਵੇਂ ਦਾ ਲੱਗਿਆ ਅਤੇ ਸਾਰੇ ਪਿਆਰ ਦਿੰਦੇ ਰਹੋ ਸੋ ਥੈਂਕ ਯੂ ਅਤੇ ਲਵ ਯੂ ਸਾਰੇ ਨੂੰ।